और अचानक शादी या अल्लाह माफ़ी देवे कोई हादसा अमुवाद इन वास्ते इंतजाम करने बहुत ही ज़्यादा मुश्किल रहाम रहीम अलैकुम की हाल चाल ने मेरे प्यारे भैन भरावान के अलहमदुल्ला अं भी बिल्कुल ठीक ठाक हैं दुआव अआ करने जिन्हें भाई देखने वाले आ खुश रहो आबाद रहो हमेशा हंसते हसते रहो जलॉग बड़ा जबरदस्त होने वाला है वीडियो पूरी देख के जानी है वीडियो के नाल रहना और अज तुम तो दिखावे कि अज सा काम कर का रहा है ਤੇ ਇਸ ਤੋਂ ਪਹਿਲੇ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿ ਜਿਹੜਾ ਬੰਨ ਮੈਂ ਸਾਡੇ ਚੈਨਲ ਤੇ ਨਵਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਔਰ ਘੰਟੀ ਦੇ ਨਿਸ਼ਾਨ ਨੂੰ ਪ੍ਰੈਸ ਕਰਕੇ ਹਾਲਤ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਹੋਰ ਤੁਹਾਡੇ ਦਿਖਾ ਲਿਆ ਕੁਝ ਮੌਸਮ ਦੀ ਸੂਰਤ ਤੇ ਹਾਲ ਮੌਸਮ ਜਿਹੜਾ ਹੈ ਨਾ ਬੱਦਲ ਹੀ ਬੱਦਲ ਹੈ ਰਾਤ ਨੂੰ ਵੀ ਬਾਰਿਸ਼ ਹੋਈ ਹੈ ਦੇਖ ਸਕਦੇ ਤੁਸੀਂ ਜਿਹੜਾ ਨਾ ਹਲਕੀ ਹਲਕੀ ਬਾਰਿਸ਼ ਹੋਈ ਹੈ ਲੇਕਿਨ ਪਾਣੀ ਵਗੈਰਾ ਜਿਹੜਾ ਨਾ ਚੱਲਦਾ ਰਿਹਾ ਤੇ ਹੁਣ ਜਿਹੜਾ ਹੈ ਨਾ ਕਾਫੀ ਸਾਰੇ ਬੱਦਲ ਇਕੱਠੇ ਹੋਏ ਹੋਇਆ ਤੇ ਕੰਮ ਤੇ ਵੀ ਜਾਣਾ ਹੈ ਜਾ ਕੇ ਨਾ ਬਾਗ ਦੀ ਗੋਡੀ ਵਗੈਰਾ ਉਹ ਕਰਨੀ ਹੈ ਤੇ ਤੁਹਾਨੂੰ ਦਿਖਾਣੇ ਆ ਕਿ ਬੀگم ਸਾਹਿਬਾ ਹੁਣ ਇਸ ਟਾਈਮ ਕੀ ਕਰ ਰਹੇ ਕੀ ਹੋ ਰਿਹਾ ਹੈ ਛਲਾਰੇ ਕੁੰਜੇ ਲੱਤੀ ਆ ਅਸਲਾਮੁਅਲੈਕਮ ਬਣਾ ਭਾਇਆ ਕਿਸਾ ਬਿਲਕੁਲ ਠੀਕ ਠਾਕ ਹੋ ਤੇ ਅੱਜ ਦੇਖੋ ਜੀ ਛਲਾਰੇ ਕੁੰਜੇ ਜਾ ਰਹੇ ਨੇ ਸਾਰੇ ਕਪੜੇ ਜਿਹੜੇ ਹਨ ਉਹ ਸਿਹਰਤ ਕਰਨ ਲੱਗਦੀਆਂ ਨੇ ਉਹਦੇ ਪਿਆ ਨਹੀਂ ਆਇਆ ਕੋਟ ਜਿਹੜਾ ਪਿਆ ਉਹਦੇ ਲੈ ਕੇ ਮੈਨੂੰ ਇਹਨਾਂ ਬੀ ਲੱਪਾ ਕੋਈ ਨਾ ਨਾ ਲੋ ਜੀ ਇਹ ਨਿਕਲਦਾ ਨਾ ਮੇਰਾ ਸਿਰ ਬੋਰਾਕਾਰ ਛਟਿਆ ਤੇ ਆਂਦੀ ਆ ਜਿਹੜਾ ਨਾ ਅੱਪਰ ਮੈਨੂੰ ਲੱਭ ਆਂਦੀ ਆ ਰਾਤੀ ਮੈਂ ਪਾਣੀ ਤੇ ਗਿਆ ਤੇ ਮੈਂ ਇਹਨੂੰ ਕਿਹਾ ਮੈਂ ਕਿ ਇੱਥੇ ਇਹਨੇ ਕਿਹਾ ਨਹੀਂ ਜੀ ਇੱਥੇ ਨਹੀਂ ਹੈ ਤੂੰ ਕਿਹਦੇ ਹੋਰ ਦੇ ਛਟ ਹੈ ਹੋਰ ਦੇ ਛਟ ਹੈ ਤੇ ਓਣ ਵੇਖ ਲਓ ਇੱਥੋਂ ਹੀ ਲੱਭਿਆ ਮੈਂ ਖਲਾਰਾ ਕੁੰਗਿਆ ਤੇ ਤੂੰ ਨਿਕਲ ਆਇਆ ਅੱਛਾ ਹੋਰ ਕਿੱਡੇ अच्छा खिलाई टापो टाप चली जा रही है क्योंकि मोटरसाइकिल जी और इस वास रेडी जो के निकल पे अपने काम से ना कुछ है नज़ारा देखो माशाल्लाह चार च फेरे सब्जा ही सब्जा जमीन खेत इस साइड त खाली जमीन इस देखो माशाल्लाह सब्जियां लगे ਲਸਣ ਗਾਜਰਾ ਇਹ ਬਾਕੀ ਚੀਜ਼ਾਂ ਜਿਹੜੀਆਂ ਉਹ ਮੌਸਮ ਦੇ ਨਾਲ ਨਾਲ ਖਤਮ ਹੋ ਗਈਆਂ ਬਹੁਤ ਸਾਰਾ ਆਊਟ ਹੋ ਗਿਆ ਨਾ ਸਬਜ਼ੀਆਂ ਦੇ ਇੱਥੇ ਸਾਰੀਆਂ ਸਬਜ਼ੀਆਂ ਸੀ ਔਰ ਬਗਲੇ ਦੇਖੋ ਮਾਸ਼ੱਲਾ ਇਹ ਦੇਖੋ ਕਿਵੇਂ ਬੈਠੇ ਨੇ ਸਵੇਰੇ ਸਵੇਰੇ ਵਿੱਚ ਬਾਗ ਦੇ ਬਾਗ ਦੇ ਬਾਕੀ ਸਾਰੇ ਉਹਦੇ ਵੀ ਮੌਸਮ ਵਿੱਚ ਬਹਾਰ ਜਿਹੜਾ ਹੈ ਨਾ ਆ ਗਿਆ ਤੇ ਮਾਸ਼ੱਲਾਹ ਦੇਖੋ ਸ਼ਾਖਾਂ ਫੁੱਟ ਰਹੀਆਂ ਨੇ ਕਿੰਨੀਆਂ ਪਿਆਰੀਆਂ ਲੱਗਦੀਆਂ ਐ ਵੀ ਦੇਖੋ ਕਿੰਨੇ ਖੂਬਸੂਰਤ ਜਿਹੜਾ ਨਾ ਛੋਟੇ ਛੋਟੇ ਪੱਤੇ ਨਿਕਲੇ ਨੇ ਕਿੰਨੇ ਪਿਆਰੇ ਲੱਗਦੇ ਆ ਮਾਸ਼ੱਲਾਹ ਐ ਵੀ ਦੇਖੋ ਤੇ ਬਕੈਨ ਹੈਗੀ रेक जिनू सदने ना और इत जड़की बड़ी प्यारी लगनी ऐसी छां कि प्यारे लगते पे उगरे इन राति लगी रही है कि प्यारी शबना मुते पड़ी हुई है और जोड़ा मरुदा का कि खूबसूरत लग रहे है देखो माशाला इन्ना फल लगे हुआ नाल छाखा फुट रही ने ਮੌਸਮੇ ਬਾਹਰ ਜਿਹੜਾ ਨਾ ਆਇਆ ਹੋਇਆ ਇਹ ਦੇਖੋ ਅਰਦਨ ਦਿਖਾਵਾਂ ਰਾਤੀ ਜਿਹੜਾ ਨਾ ਇਸ ਕਣਕ ਨੂੰ ਪਾਈ ਸੀ ਖਾਦ ਪਾਣੀ ਦੇ ਵਿੱਚ ਗੋਲ ਕੇ ਡਰਮ ਦੇ ذریعے ਪਾਣੀ ਦੇਖੋ ਅਜੇ ਤੱਕ ਖਾਲਾ ਉਸੇ ਤਰ੍ਹਾਂ ਪੜਿਆ ਖੜਾ ਇਸ ਕਣਕ ਨੂੰ ਪਾਈ ਸੀ ਖਾਦ ਉਹ ਡਰਮ ਜਿਹੜਾ ਨੇ ਇੱਥੇ ਰਹਿ ਗਿਆ ਫਿਰ ਤੇ ਹੁਣ ਮੈਂ ਆਖਿਆ ਛਾੱਕ ਜਿਹੜਾ ਨੇ ਡਰਮ ਰੱਖ ਲਈਏ ਆਕੇ ਥਰਾਖ ਛੜਿਆ ਔਰ ਤਾਲਾ ਵੱਜਿਆ ਹੋਇਆ ਚਾਬੀ ਜਿਹੜੀ ਇਹਨੂੰ ਮਾਲਕਾਂ ਦੇ ਕੋਲ ਹੀ ਤੇ ਜਾਂ ਫਿਰ ਠੇਕੇਦਾਰਾਂ ਕੋਲੇ ਇਸ ਵਾਸਤੇ ਹੁਣ ਮੈਂ ਇੱਥੇ ਬਰਾਂਡੇ ਰੱਖ ਲਿਆ ਅੱਪੇ ਪੰਜ ਆਕੇ ਥਰਾਖ ਲੈਸੇ ਅੰਦਰ ਬਾਕੀ ਹੁਣ ਜਿਹੜਾ ਨਾ ਮੈਂ ਹੁਣ ਜਾ ਰਿਹਾ ਕੰਮ ਤੇ ਚੱਲ ਕੇ ਤੁਹਾਨੂੰ ਦਿਖਾਨੇ ਆਪਣਾ ਕੰਮ ਕਰਾ ਰਹੇ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਹਨ ਪਾੜੇ ਪੂੜੇ ਹਨਗੇ ਇੱਥੇ ਹੱਲਾ ਯਾਨੀ ਕਿ ਨਹੀਂ ਲੱਗਦੀਆਂ ਇਹਨਾਂ ਟੱਪੇ ਟੱਪੇ ਮਾਰਨੇ ਹੈਗੇ ਔਰ ਮੌਸਮ ਵੀ ਜਿਹੜਾ ਨਾ ਹੋ ਅਜੇ ਤੱਕ ਬਦਲ ਜਿਹੜੇ ਨਹੀਂ ਜਾ ਰਹੇ ਕੰਮ ਜਿਹੜਾ ਨਾ ਉਹ ਮੁੱਕ ਗਿਆ ਤੇ ਹੁਣ ਜਿਹੜਾ ਨਾ ਭੁੱਖ ਇੰਨਾ ਕੁ ਸਤਾਇਆ ਹੈ ਨਾ ਬਹੁਤ ਜ਼ਿਆਦਾ ਯਾਨੀ ਕਿ ਬੰਦਾ ਜਿਵੇਂ ਡਿੱਗਣ ਵਾਲਾ ਖਲੋਤਾ ਹੈ ਬਹੁਤ ਜ਼ਿਆਦਾ ਭੁੱਖ ਨੇ ਸਤਾਇਆ ਤੇ ਦੂਸਰਾ ਹਾਲਤ ਮੇਰੀ ਦੇਖੋ ਕਿਸ ਤਰ੍ਹਾਂ ਹੋ ਗਈ ਹੈ ਇਹ ਬੂਟਿਆਂ ਦੇ ਥੱਲੇ ਵੜ-ਵੜ ਕੇ ਨਾ ਸਾਰੇ ਵਾਲਾਂ ਨੂੰ ਗੁੰਜਲ ਜੇ ਪਾਏ ਗਿਆ ਤੇ ਦੋ ਗੰਨੇ ਜਿਹੜੇ ਨੇ ਮੈਂ ਆਹ ਕਮਾਂ ਦੀ ਚੁ ਲੈ ਕੇ ਆਂਦੇ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਸਾਡੇ ہمسਾਇਆ ਦਾ ਹੀ ਹੈ ਤੇ ਇੱਥੋਂ ਮੈਂ ਗੰਨੇ ਜਿਹੜੇ ਨੂੰ ਦੋ ਲੈ ਕੇ ਜਾਂਦੇ ਮੈਂ ਥੋੜਾ ਬਹੁਤਾ ਜਿਹੜਾ ਨਾ ਬੰਦਾ ਚੱਲਣ ਜੋਗਾ ਹੋ ਜਾਵੇ ਤੇ ਬਾਕੀ ਫੇਰ ਜਿਹੜਾ ਨਾ ਘਰ ਚੱਲ ਕੇ ਤੇ ਫਿਰ ਰੋਟੀ ਪਾਣੀ ਦਾ ਕਰਨੇ ਆਂ ਹੋਰ ਕੁਝ ਖਾਣੇ ਆਂ ਜੀ ਅਮਰੂਦ ਬਾਟ ਕੇ ਕੋਈ ਨਾ ਕੋਈ ਤਾਸਰਾ ਉਸ ਆਖਿਆ ਹੋਣਾ ਹੀ ਆ ਨਾ ਐ ਖਲਾ ਪੱਕਾ ਅਮਰੂਦ ਇਹ ਵਾਲੇ ਕਿੰਨੇ ਪਿਆਰੇ ਅਮਰੂਦ ਹੈ ਰੰਗ ਬਰੰਗੇ ਐ ਵੀ ਦੇਖੋ ਕੀ ਤੇ ਕੁਦਰਤ ਹੈ ਅੱਲਾਹ ਪਾਕ ਦਿੱਤੇ ਲਾਲ ਸੂਰ ਬੱਚਿਆਂ ਦਾ ਵੇਖੋ ਜੀ ਬਚਪਨ ਈਮਾਨ ਫਾਤਿਮਾ ਕੀ ਤੇਰਾ ਨਾ ਈਮਾਨ ਫਾਤਿਮਾ ਦੇਖੋ ਜੀ ਕੀ ਬਣਾਈਆਂ ਨੇ ਇਹ ਚੂੜੀਆਂ ਚੂੜੀਆਂ ਲੈ ਲਓ ਜੀ ਚੂੜੀਆਂ ਨਿੱਕੇ ਨਿੱਕੇ ਬੱਚੇ ਵੇਖ ਲੈ ਬਰਸਾੜ ਦੀਆਂ ਬਣਾਈਆਂ ਜੀ ਇਹ ਪੱਠਿਆਂ ਦੀਆਂ ਨੇ ਵਾਹ बाकी बच्चे वे खेते बैठे ने खुश हो बकरे भी साढ़े नाल नाल आए हुए ये लाया और आई उत्ते बुआइए रेड़ी ले ले, ले ले और ਅ ਦੋ ਦਿਨਾਂ ਤੋਂ ਤੁਸੀਂ ਦੇਖਿਆ ਕਿ ਵੀਡੀਓ ਜਿਹੜੀਆਂ ਨਾ ਅਪਲੋਡ ਨਹੀਂ ਕਰ ਰਹੇ ਆ ਕਿਉਂਕਿ ਉਸ ਦੇ ਪਿੱਛੇ ਇੱਕ ਵਜ੍ਹਾ ਹੈ ਕਿ ਜਿਹੜਾ ਨਾ ਮੇਰਾ ਛੋਟਾ ਭਾਈ ਉਹ ਇੱਕ ਨਾ ਅਨਮੈਰਿਡ ਹੈ ਤੇ ਉਹਦੇ ਵਾਸਤੇ ਯਾਨੀ ਕਿ ਨਾ ਇੱਕ ਰਿਸ਼ਤਾ ਦਰਕਾਰ ਸਾਨੂੰ ਹੋਇਆ ਕਿ ਹੈ ਯਤੀਮ ਮੱਛੀ ਲੇਕਿਨ ਗੱਲ ਇਹ ਹੈ ਕਿ ਅਚਾਨਕ ਰਿਸ਼ਤਾ ਹੋਣਾ ਸ਼ਾਦੀ ਤੇ ਅਚਾਨਕ ਹੀ ਅੱਲਾ ਮਾਫੀ ਦੇਵੇ ਕੋਈ ਅਮਵਾਤ ਹੋ ਜਾਵੇ ਨਾ तो उन्हें वास्ते इंतजामात करने बहुत औखे हो जाते हैं तो फिलहाल जड़ा इंतजामात करा वास्ते भी काफी मुश्किल पैदा हो रही है और हालात ज काफ़ी नाजुक हैं तो सामने ही है बाकी अल्लाह पाक क्रम करेगा उस उसके खजाने कमी कोई नहीं है तो आज थोड़ी बहुत ही बस वीडियो बनाई है सवेरे कुछ बनाई तो कुछ मैं कि चलो थोड़ा अपडेट दे दिए ਔਰ ਇਸ ਨਤੀਜੇ ਤੇ ਪਹੁੰਚੇ ਆ ਕਿ तकरीबन ਇੱਕ ਹਫਤੇ ਦਾ ਟਾਈਮ ਜਿਹੜਾ ਨਾ ਉਹਨਾਂ ਦਿੱਤਾ ਸੀ ਔਰ ਇੱਕ ਹਫਤੇ ਦਾ ਟਾਈਮ ਬਸ ਉਹਨਾਂ ਨੇ ਦਿੱਤਾ ਵੀ ਉਹਦੇ ਵਿੱਚ ਵਜ੍ਹਾ ਇਹ ਹੈ ਨਾ ਇੱਕ ਹਫਤੇ ਦਾ ਟਾਈਮ ਨਾ ਤਾਂ ਦਿੱਤਾ ਕਿ ਉਹ ਕਹਿੰਦੇ ਆ ਕਿ ਸਾਨੂੰ ਕਾਫੀ ਸਾਰੇ ਰਿਸ਼ਤੇ ਆਂਦੇ ਆ ਤੇ ਅਸੀਂ ਯਾਨੀ ਕਿ ਨਾਂ ਇਨਕਾਰ ਕਰਦੇ ਪਿਆ ਉਸ ਦੇ ਵਾਲਦੈਨ ਤੇ ਹੈ ਨਹੀਂ ਮਾਮਾ ਹੁੰਦੇ ਸਿਰ ਤੇ ਹੈ ਮੈਂ ਕਿ ਚਲੋ ਛੋਟਾ ਭਾਈ ਹੈ ਉਹਦਾ ਵੀ ਕਾਰ ਬਣ ਜਾਵੇ ਤੇ ਉਹ ਵੀ ਬੇਸਾਰਾ ਹੈ ਚਲੋ ਉਹਨਾਂ ਸਾਰਾ ਮਿਲ ਜਾਏਗਾ لیکن گال تو ہندی قسمت دی اگر قسمت وچ ہوی تے پھر سارے انتظامات وی اللہ پاک کرا دے گا۔ اگر نہیں ہے تے پھر اسی لاکھ کوشش کر رہی ہے نا تے نہیں کام بڑنا تے باقی اللہ پاک کرم کرے گا۔ تے ان شاء الله ਤੁਹਾਡੇ ਨਾਲ ਜਿਹੜੀ ਵੀ ਅਪਡੇਟ ਹੋਏ ਸ਼ੇਅਰ ਕਰਦੇ ਰਵਾਂਗੇ ਫਿਲਹਾਲ ਜਿਹੜਾ ਨਾ ਬਹੁਤ ਹੀ ਅਲਾਤ ਨਾਜ਼ੁਕ ਹੈ ਇਸ ਵਾਸਤੇ ਉਹਨਾਂ ਕੋਲ ਇੱਕ ਹਫਤੇ ਦਾ ਟਾਈਮ ਜਿਹੜਾ ਬੜੀ ਮੁਸ਼ਕਲ ਨਾਲ ਲਿਆ ਹੈ ਕਿ ਅੱਲਾਹ ਪਾਕ ਕਰੇਗਾ ਕੋਈ ਨਾ ਕੋਈ ਇੰਤਜ਼ਾਮਾਤ ਹੋ ਹੀ ਜਾਣਗੇ ਜ਼ਿਆਦਾ ਤਾਂ ਕੋਈ ਨਹੀਂ ਕਰਨਾ ਬਸ ਥੋੜਾ ਬਹੁਤ ਜਿਹੜਾ ਨਾ ਖਰਚਾ ਯਾਨੀ ਕਿ ਜਿਹੜਾ ਕੋਈ ਆਰਚੀਜ਼ ਚੀਜ਼ ਲਾਣੀ ਕਰਨੀ بس ਨਿਕਾ ਖਾਨ ਜਾਂ ਜਿਹੜਾ ਥੋੜਾ ਬਹੁਤਾ ਖਰਚਾ ਹੁੰਦਾ ਤੇ ਇਹਦੇ ਵਾਸਤੇ ਵੀ ਕਮੋ ਬੇਚ ਜਿਹੜਾ ਨਾ ਲੱਖ ਸਵਾ ਲੱਖ ਦੇ 8 ਗੇੜ ਜਿਹੜਾ ਨਾ ਕਮ ਬਹਿ ਜਾਣਾ ਫਿਰ ਵੀ ਕਿਉਂਕਿ ਅੱਜ ਕੱਲ ਮਹਿੰਗਾਈ ਦਾ ਦੌਰ ਹੈ ਤੇ ਮਹਿੰਗਾਈ ਇਤਨੀ ਹੋ ਗਈ ਹੋਈ ਹੈ ਬੰਦਾ ਔਰ ਮੈਂ ਮناسب ਸਮਝਿਆ ਕਿ ਮੈਂ ਆਖੇ ਆਪਣੇ ਬਣਾ ਭਾਈਆਂ ਨਾਲੇ ਜਿਹੜੀ ਮੈਂ ਕਪਲੇਟ ਸ਼ੇਅਰ ਕੀਤੀ ਜਾ ਕਿਉਂਕਿ ਸਾਰੇ ਭੈਣ ਭਾਈ ਮੇਰੀ ਫੈਮਲੀ ਕੀ ਦਿੱਤਰਾ ਐਂ ਸਾਰੇ ਫੈਮਲੀ ਮੈਂਬਰ ਨੇ YouTube ਮੇਰੇ ਭੈਣ ਭਾਈ ਨੇ ਤੇ ਮੈਂ ਆਪਣੀ ਫੈਮਿਲੀ ਸਮਝਦਾ ਸਾਰਿਆਂ ਭੈਣ ਭਾਈ ਸਮਝਦਾ ਔਰ ਇਸ ਲਈ ਮੈਂ ਯਾਨੀ ਕਿ ਨਾ ਤੁਹਾਡੇ ਨਾਲ ਅਪਡੇਟ ਸ਼ੇਅਰ ਕਰ ਰਿਹਾ ਤੇ ਬਾਕੀ ਥੋੜੀ ਜਿਹੀ ਅਪੀਲ ਵੀ ਕਰਨਾ ਚਾਹਾਂਗਾ ਕਿ ਅਗਰ ਕੋਈ ਭੈਣ ਭਾਈ ਸਾਡੀ ਇਸ ਨੇਕ ਕੰਮ ਵਿੱਚ ਹੈਲਪ ਕਰਦਾ ਹੈ ਤੇ ਉਸ ਦੀ ਬੜੀ ਮਿਹਰਬਾਨੀ ਹੋਵੇਗੀ ਤੇ ਨੰਬਰ ਸਾਡਾ ਸਕਰੀਨ ਤੇ ਸ਼ੋਅ ਹੋ ਰਿਹਾ ਤੇ ਬਾਕੀ ਜਿਹੜਾ ਨਾ ਅਗਰ ਹੋ ਸਕੇ ਤਾਂ ਕਿਸੇ ਨੂੰ ਅਗਰ ਅੱਛਾ ਲੱਗਦਾ ਹੋਵੇ ਤੇ ਜ਼ਰੂਰ ਤੁਸੀਂ ਤਾਵਨ ਕਰਨਾ ਹੈ ਕਿਉਂਕਿ ਇੱਕ ਨੇਕੀ ਦਾ ਕੰਮ ਹੈ ਮੈਂ ਇਹਦੇ ਵਿੱਚ ਸਮਾਂ ਇਨਾ ਤੇ ਬਾਕੀ ਹੋਰ ਜੋ ਵੀ ਅਪਡੇਟ ਹੋਏ ਇਨਸ਼ਾਅੱਲਾ ਤਾਲਾ ਸ਼ੇਅਰ ਕਰਦੇ ਰਵਾਂਗੇ ਤੇ ਔਰ ਬਾਕੀ ਜਿਹੜਾ ਨਾ ਇਨਸ਼ਾਅੱਲਾ ਨੈਕਸਟ ਵਲੌਗ ਵਿੱਚ ਤੁਹਾਨੂੰ ਵੀ ਅਪਡੇਟ ਦੇਵਾਂਗੇ ਤੇ ਇਨਸ਼ਾਅੱਲਾ ਤਾਲਾ ਹੁਣ ਮਿਲਾਂਗੇ ਨਵੀਂ ਵੀਡੀਓ ਵਿੱਚ ਤੇ ਦਿਓ ਇਜਾਜ਼ਤ ਅੱਲਾ ਨਿਗਹਿबान ਅੱਲਾ ਸੋਣੇ ਦੇਵਾਲੀ ਖੁਦਾ ਹਫਿਜ਼ ਖੁਦਾ ਸੋਣੇ ਅੱਲਾ ਸੋਣੇ ਦੇਵਾਲੀ